ਜ਼ਿਲ੍ਹਾ ਪਟਿਆਲਾ ਦੇ ਵਿੱਚ ਰੋਜ਼ਾਨਾ ਹੀ ਕਰੋਨਾ ਦੀਆਂ ਮੌਤਾਂ ਦਾ ਅੰਕੜਾ ਵੱਧਦਾ ਜਾ ਰਿਹਾ ਜਿਸ ਕਰਕੇ ਪਟਿਆਲਾ ਦੇ ਸ਼ਮਸ਼ਾਨ ਘਾਟ ਵਿੱਚ ਡੈੱਡ ਬਾਡੀ ਸਾੜਨ ਨੂੰ ਲੈ ਕੇ ਦਿੱਕਤਾਂ ਦਰਪੇਸ਼ ਆ ਰਹੀਆਂ ਨੇ ਅਤੇ ਜੇਕਰ ਦੇਖਿਆ ਜਾਵੇ ਤਾਂ ਪਰੇਸ਼ਾਨੀ ਇੰਨੀ ਵੱਧ ਗਈ ਹੈ ਕਿ ਸ਼ਮਸ਼ਾਨ ਘਾਟ ਦੇ ਪਾਰਕਾਂ ਦੇ ਵਿੱਚ ਮ੍ਰਿਤਕ ਦੇਹਾਂ ਦੇ ਅੰਤਿਮ ਸੰਸਕਾਰ ਕੀਤੇ ਜਾ ਰਹੇ ਨੇ ਕਿਉਂਕਿ 20 ਸਿਵਿਆਂ ਦੇ ਪ੍ਰਬੰਧ ਵਾਲੇ ਇਸ ਸ਼ਮਸ਼ਾਨ ਘਾਟ ਦੇ ਵਿੱਚ 30 ਤੋਂ 35 ਕਰੋਨਾ ਦੀਆਂ ਡੈੱਡ ਬਾਡੀਆਂ ਨੂੰ ਰੋਜ਼ਾਨਾ ਸਾੜਿਆ ਜਾ ਰਿਹਾ ਹੈ। ਪੂਰੇ ਸਾਡੇ ਕੋਲ 20 ਸਿਵਿਆਂ ਦੀ ਕਪੈਸਿਟੀ ਹੈ ਔਰ ਕਰੋਨਾ ਤੋਂ ਪਹਿਲਾਂ ਕਦੀ ਅੱਜ ਤੱਕ ਇਹੋ ਜਿਹੀ ਵੀ ਦਿੱਕਤ ਨਹੀਂ ਆਈ, ਮਗਰ ਇਸ ਟਾਈਮ ਕਰੋਨਾ ਦੇ ਕੇਸ ਵਧਣ ਕਰਕੇ ਅਸੀਂ ਕਿਸੇ ਬੰਦੇ ਨੂੰ ਮਨਾ ਨਹੀਂ ਕਰ ਰਹੇ। ਅਸੀਂ ਇਸ ਕਰਕੇ ਲੋਕਾਂ ਨੂੰ ਜਿਹੜਾ ਹੈਗਾ ਪ੍ਰੋਵਾਈਡ ਕਰਾ ਰਹੇ ਹਾਂ, ਜਿੰਨੀ ਫੈਸਿਲਿਟੀ ਹੋ ਸਕਦੀ ਹੈ ਅਸੀਂ ਪ੍ਰੋਵਾਈਡ ਕਰਾ ਰਹੇ ਹਾਂ, ਕਿਉਂਕਿ ਸਿਵੇ ਬੁੱਕ ਆਉਣ ਤੋਂ ਬਾਅਦ ਅਸੀਂ ਗਰਾਊਂਡ ਦੇ ਵਿੱਚ ਹੋਰ 15 ਬੋਲੀਆਂ ਦਾ ਅਸੀਂ ਇੰਤਜ਼ਾਮ ਕਰਿਆ ਹੋਇਆ ਹੈਗਾ ਵੀ ਇਸ ਤੋਂ ਇਲਾਵਾ 20 ਤੋਂ ਬਾਅਦ ਇਹ 15 ਹੋਰ ਵੀ ਆ ਸਕਦੀਆਂ ਤਾਂ ਅਸੀਂ ਉਹ ਵੀ ਸੰਸਕਾਰ ਕਰਾਂਗੇ। ਅਸੀਂ ਕਿਸੇ ਨੂੰ ਵੇਟਿੰਗ 'ਚ ਨਹੀਂ ਰਹਾਂਗੇ ਔਰ ਜਿੰਨਾ ਕੁ ਸਾਡੇ ਤੋਂ ਹੋ ਸਕਿਆ, ਸਭਾ ਤੋਂ ਹੋ ਸਕਿਆ, ਉਨਾ ਕੁ ਅਸੀਂ ਲੋਕਾਂ ਵਾਸਤੇ ਨਾਲ ਖੜੇ ਹਾਂ। ਕੀ ਲੱਗਦਾ ਕਿ ਇਹ ਕਿਉਂ ਇੰਨਾ ਰਸ਼ ਹੋ ਗਿਆ, ਕਿਉਂਕਿ ਇਹਨਾਂ ਪਟਿਆਲੇ ਦਾ ਅੰਕੜਾ ਤੋਂ ਘੱਟ ਹੈ, ਕਿਉਂਕਿ ਮੌਤਾਂ ਘੱਟ ਹੋ ਰਹੀਆਂ ਕਿ ਬਾਹਰਲੇ ਰਾਜਾਂ ਦੀ ਜਿਹੜੀ ਰੈੱਡ? ਦੇਖੋ ਐਸਾ ਹੈ ਜਿਵੇਂ ਬਾਹਰ ਪ੍ਰੋਬਲਮ ਚੱਲ ਰਹੀ ਹੈ, ਜਿਵੇਂ ਆਕਸੀਜਨ ਨਹੀਂ ਹੈਗੀ, ਹਰਿਆਣੇ ਦੇ ਪੇਸ਼ੈਂਟ, ਰਾਜਸਥਾਨ ਦੇ ਪੇਸ਼ੈਂਟ, ਦਿੱਲੀ ਦੇ ਪੇਸ਼ੈਂਟ, ਆਸਾਮ ਤੋਂ ਇੱਕ ਪੇਸ਼ੈਂਟ ਸੀਗਾ ਪਰਸੋਂ, ਉਹਦਾ ਅਸੀਂ ਕਰੋਨਾ ਨਾਲ ਡੈੱਥ ਹੋ ਗਈ ਸੀ, ਉਹਦਾ ਵੀ ਸੰਸਕਾਰ ਉਰੇ ਕਰਿਆ, ਕਿਉਂਕਿ ਕਰੋਨਾ ਦੀ ਬੋਡੀ ਲੋਕ ਲੈ ਕੇ ਨਹੀਂ ਜਾ ਰਹੇ ਔਰ ਉਰੇ ਹੀ ਸੰਸਕਾਰ ਕਰ ਰਹੇ ਹੈ। ਜਿਹੜੇ ਰਜਿੰਦਰਾ ਹੋਸਪਿਟਲ ਜਾਂ ਪ੍ਰਾਈਵੇਟ ਹੋਸਪਿਟਲ ਪਟਿਆਲੇ ਦਾਖਲ ਹੈ ਉਹ ਉਰੇ ਹੀ ਸੰਸਕਾਰ ਕਰ ਰਹੇ ਔਰ ਅਸੀਂ ਕਿਸੇ ਨੂੰ ਮਨਾ ਨਹੀਂ ਕਰ ਰਹੇ। ਇਸ ਤੋਂ ਇਲਾਵਾ ਹੋਰ ਵੀ ਜਗ੍ਹਾ ਤਿਆਰ ਕੀਤੀ ਗਈ ਹੈ, ਕਿਉਂਕਿ ਮੈਂ ਦੇਖਿਆ ਬਿਲਕੁਲ ਫੁੱਲ ਹੋ ਚੁੱਕਿਆ। ਦੇਖੋ 20 ਤੋਂ ਬਾਅਦ 15 ਦੀ ਅਸੀਂ ਪ੍ਰੋਵੀਜ਼ਨ ਰੱਖ ਲਈ, ਉਸ ਤੋਂ ਬਾਅਦ ਅਸੀਂ 50 ਦੀ ਪ੍ਰੋਵੀਜ਼ਨ ਹੋਰ ਤਿਆਰ ਕਰ ਲਈ। ਅਸੀਂ ਕਿਸੇ ਬੰਦੇ ਨੂੰ ਕੋਈ ਮਨਾ ਨਹੀਂ ਕਰਾਂਗੇ, ਜਿੰਨੀ ਕੁ ਸੇਵਾ ਸਾਡੇ ਤੋਂ ਹੋ ਸਕੇਗੀ। ਕੁਮਾਰ ਜਿਹੜੀ ਸਾਡੀ ਕੁਮਾਰ ਸਭਾ ਹੈਗੀ ਉਹ ਲੋਕਾਂ ਦੇ ਨਾਲ ਖੜੀ ਹੈ। ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦਾ, ਕਿਉਂਕਿ ਅੱਜ ਦੀ ਸਥਿਤੀ? ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ, ਇੱਕ ਤਾਂ ਪ੍ਰਕੋਸ਼ਨ ਜ਼ਰੂਰ ਰੱਖਣੀ ਚਾਹੀਦੀ ਹੈ ਔਰ ਮਾਸਕ ਪਹਿਨਣਾ ਚਾਹੀਦਾ, ਸੈਨੀਟਾਈਜ਼ ਯੂਜ ਕਰਨਾ ਚਾਹੀਦਾ, ਆਪਣੇ ਘਰ 'ਚ ਰਹਿਣਾ ਚਾਹੀਦਾ, ਬਗੈਰ ਮਤਲਬ ਤੋਂ ਬਾਜ਼ਾਰਾਂ 'ਚ ਨਹੀਂ ਘੁੰਮਣਾ ਚਾਹੀਦਾ। ਔਰ ਮੈਂ ਇੱਕ ਬੇਨਤੀ ਹੋਰ ਕਰਾਂਗਾ ਵੀ ਜਿਹੜੇ ਵੀ ਬੰਦੇ ਸੰਸਕਾਰ ਕਰਕੇ ਜਾ ਰਹੇ ਹੈ ਉਹਨਾਂ ਨੂੰ ਬੇਨਤੀ ਹੈ ਵੀ ਉਹ ਅਗਲੇ ਦਿਨ ਜਿਹੜੇ ਫੁੱਲ ਹੈ ਉਹ ਚੱਕ ਲੈਣ। ਰਿਕੁਐਸਟ ਹੈ, ਦੇਖੋ ਧਾਰਮਿਕ ਸਾਰੇ ਨਾਲ ਆਸਥਾ ਜੁੜੀ ਵੀ ਹੁੰਦੀ ਹੈ, ਮਗਰ ਮੈਂ ਬੇਨਤੀ ਕਰਾਂਗਾ ਕਿਸੇ ਨੂੰ ਪ੍ਰੈਸ਼ਰ ਨਹੀਂ ਕਰਾਂਗਾ ਵੀ ਪ੍ਰੈਸ਼ਰ ਨਹੀਂ ਪਾਵਾਂਗਾ ਕਿਸੇ ਨੂੰ ਵੀ ਬੇਨਤੀ ਕਰਾਂਗਾ ਵੀ ਫੁੱਲ ਅਗਲੇ ਦਿਨ ਚੱਕ ਲੈਣ ਜੇ ਸਿਵੇ ਖਾਲੀ ਹੋਣ, ਵੀ ਜਿਵੇਂ ਡੈੱਡ ਬੋਡੀ ਵਧੀ ਜਾ ਰਹੀ ਹੈ ਆਪਾਂ ਲੋਕਾਂ ਦੀ ਹੈਲਪ ਕਰ ਸਕਦੇ। ਮਸ਼ੀਨ ਦੀ ਗੱਲ ਕੀਤੀ ਹੈ, ਮਸ਼ੀਨ ਦਾ ਕੀ ਪ੍ਰੋਸੀਜਰ ਹੁੰਦਾ, ਕੀ ਲਗਾਤਾਰ ਕੀਤਾ ਜਾਂਦਾ ਜਾਂ ਕੋਈ? ਨਹੀਂ, ਮਸ਼ੀਨ ਦਾ ਜਿਹੜਾ ਹੈਗਾ ਮਸ਼ੀਨ ਟਾਈਮ ਲੈਂਦੀ ਹੈ, ਇੱਕ ਬੋਡੀ ਵਾਸਤੇ 1.5 ਘੰਟਾ ਟਾਈਮ ਲੈਂਦੀ ਹੈ ਔਰ 1.5 ਘੰਟੇ ਬਾਅਦ ਅਸੀਂ ਦੂਜੀ ਬੋਡੀ ਲਾ ਸਕਦੇ ਹਾਂ। ਅਸੀਂ ਰੂਟੀਨ 'ਚ ਉੱਥੇ ਵੀ 4-5-6 ਜਿਹੜੇ ਸੰਸਕਾਰ ਹੈ ਉਸ ਵੀ ਕਰ ਰਹੇ ਹਾਂ।